श्री गुरु ग्रंथ साहब लई सिखां दे मनां विच जिथे था शरदा उत्थे कई शरारती अंसरां वल्लों हमेशा ही कई अजिहियां हरकतां कीतियां जांदियां जिस तों बाद सिखां दे हिरदे बलुंदरे जांदे हन। अजिही हरकत हुण फिर कीती गई है जिथे निशान साहब दे जिथे मौजूद आ उसे गुरद्वारे विच इक मटी बनाई गई आ। उस तों बाद निहंग सिंह फौजां ने उत्थे की कारवाई कीती सुणो तुसीं। ਤੁਹਾਡਾ ਹੱਕ ਉਹ ਚੀਜ਼ ਆ ਜਿਹਦੇ ਪਿੱਛੇ ਤੁਸੀਂ ਲੜ ਮਾਰ ਸਕਦੇ ਆ। ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਤੁਸੀਂ ਤਾਂ ਭਾਵੇਂ ਰਾਤ ਨੂੰ ਕੀ ਸਵੇਰੇ ਦਿਨ ਪਏ ਇਹਨਾਂ ਨੂੰ ਇੱਕ ਵਾਰੀ ਅਨਾਉਂਸਮੈਂਟ ਕਰ ਦਿਓ ਵੀ ਉਹੀ ਆਵੇ ਜਿਹਨੇ ਸਿਰ ਦੇਣਾ ਬਸ। ਠੀਕ ਹੈ ਜੀ, ਅਸੀਂ 15 ਫਰਵਰੀ 16 ਫਰਵਰੀ ਨੂੰ ਆਵਾਂਗੇ, ਪਰ ਅਸੀਂ ਤੁਹਾਡੇ ਬੰਦੇ ਨੂੰ ਵੀ ਨਹੀਂ ਕਿਸੇ ਨੂੰ ਬੁਲਾਉਣਾ। ਜਿੰਨਾ ਸਾਨੂੰ ਗੁੱਸਾ ਉਹਨਾਂ ਨਾਲ ਉਸ ਤੋਂ ਵੱਧ ਤੁਹਾਡੇ ਨਾਲ। ਜੁਰਮ ਕਰਨਾ ਪਾਪ ਆ ਤੇ ਜੁਲਮ ਸਹਿਣਾ ਉਦੋਂ ਵੱਡਾ ਪਾਪ ਆ ਤੇ ਤੁਸੀਂ ਵੱਡਾ ਪਾਪ ਕਰੀ ਜਾਂਦੇ ਆ। ਜੇ ਤੁਹਾਨੂੰ ਇੰਨਾ ਹੀ ਮੋਹ ਪਿਆਰ ਆ ਗੁਰੂ ਗ੍ਰੰਥ ਸਾਹਿਬ ਨਾਲ ਤੇ ਬਾਈ ਖਾਕੀ ਵਰਦੀ ਤੱਕ ਜਾਣ ਦੀ ਤੁਹਾਨੂੰ ਕੀ ਲੋੜ ਆ। ਅਸੀਂ ਖਾਲਸਾ ਖੁਦ ਖੁਦਾ, ਅਸੀਂ ਆਪਦੇ ਫੈਸਲੇ ਆਪ ਕਰਨੇ ਆ। ਇਹ ਤਾਂ 47 ਤੋਂ ਬਾਅਦ ਆਏ ਆ। ਖੰਡੇ ਦੀ ਪੌੜ ਤਾਂ ਇੱਥੇ ਸਾਨੂੰ ਪਹਿਲਾਂ ਹੀ ਦਿੱਤੀ ਸੀ ਅਨੰਦਪੁਰ ਸਾਹਿਬ। ਠੀਕ ਆ, ਜਿਹੜੇ ਬੰਦੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਉਹਦਾ ਓਨਾ ਕਸੂਰ ਨਹੀਂ ਹੈਗਾ। ਜਿਹੜਾ ਬੰਦਾ ਇੱਟਾਂ ਚੱਕ ਚੱਕ ਫੜਾਉਂਦਾ ਸੀ ਉਹਦਾ ਉਦੋਂ ਵੱਧ ਕਸੂਰ। ਪ੍ਰਮਾਣ ਦੇਣ ਵਾਲੇ ਨੇ ਤਾਂ ਦੇਤਾ, ਇੱਟਾਂ ਫੜਾਉਣ ਵਾਲੇ ਦਾ ਵੱਧ ਕਸੂਰ ਆ। ਇਹਨਾਂ ਨੇ ਜਗ੍ਹਾ ਬਣਾਤੀ, ਤੁਸੀਂ ਬੈਠੇ ਇੱਥੇ ਬਿਟਰ ਬਿਟਰ ਝਾਕੀ ਜਾਂਦੇ ਆ ਕਿ ਤੁਹਾਡੇ 'ਚ ਹਿੰਮਤ ਹੈ ਨੀ। ਤੁਸੀਂ ਸਾਡੇ ਕੋਲ ਆਇਓ ਜ਼ਰੂਰ, ਤੁਸੀਂ ਆਇਓ 15 ਫਰਵਰੀ ਨੂੰ ਸਾਡੇ ਕੋਲ ਜਾਂ ਫੋਨ ਲਾ ਦਿਓ। ਇੱਕ ਗੱਲ ਕਹਿ ਦਿਓ ਵੀ ਅਸੀਂ ਨਹੀਂ ਕੁਛ ਕਰ ਸਕਦੇ, ਤੁਸੀਂ ਕਰ ਲਓ। ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਬਣਾ ਕੇ ਦੇਵਾਂਗੇ ਤਾਂ ਸੋਨੇ ਦਾ ਗੁੰਮਸ ਬਣਾ ਕੇ ਦੇਵਾਂਗੇ ਆਪਦੇ ਤੋਂ, ਪਰ ਬਣਾ ਕੇ ਤਾਂ ਦੇਵਾਂਗੇ ਜੇ ਤੁਸੀਂ ਸਾਰੇ ਬੰਦੇ ਇੱਥੇ ਬੰਗਾ ਪਾ ਕੇ ਖੜੇ ਹੋਵੋਗੇ। ਇਹਨਾਂ ਦੇ ਵਿੱਚ ਦੇ ਇਹਨਾਂ ਨੂੰ ਪੋ ਕੇ ਰੱਖ ਦਾਂਗੇ। ਇਹ ਤੁਸੀਂ ਉਹ ਜਿਹੜੇ ਮੁਕਤਸਰ ਸਾਹਿਬ 40 ਮੁਕਤੇ ਸੀ ਨਾ, ਪਲ ਚੂੜੀਆਂ ਦੇ ਬਣ ਦੇ ਜਨਾਨੀਆਂ ਗੁਰਾ ਕੋਲ ਆ ਕੇ ਭੱਜੇ, ਤੁਸੀਂ ਗੁਰੂ ਕੋਲ ਭੱਜੇ ਹੋਏ ਬੰਦੇ ਆ। ਤੁਸੀਂ ਇੱਕ ਗੱਲ ਸਮਝੋ ਵੀ ਜੇ ਤੁਸੀਂ ਨਹੀਂ ਕੁਛ ਕਰ ਸਕਦੇ ਤੁਸੀਂ ਬੰਗਾ ਪਾ ਕੇ ਖੜ ਜਾਓ। ਤੁਹਾਡੇ ਸਾਹਮਣੇ ਲੈ ਤੁਸੀਂ ਹੁਣੇ ਬੰਗਾ ਪਾਓ, ਅਸੀਂ ਚੱਕ ਦਿੰਦੇ ਹਾਂ ਰੋਕ ਕੇ ਦਿਖਾ। ਨਹੀਂ ਜੇ ਸਿੱਖਾਂ ਤੇ ਬਾਈ ਜੀ ਪਤਾ ਲੱਗੇ ਵੀ ਗੁਰੂ ਦੇ ਸਿੱਖ ਤੁਸੀਂ ਦੇਖਿਓ ਫਿਰ ਠੀਕ ਹੈ। ਪਹਿਲ ਕਰਨੀ ਨੀ ਦੂਜ ਛੱਡਣੀ ਨੀ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਸੇ ਨੂੰ ਮੰਨਣਾ ਨੀ ਤੇ ਚੁੱਪ ਕਰਕੇ ਜਿਹੜਾ ਹੁੰਦਾ ਮੜੀ ਮਸਾਣੀ ਚੱਕ ਦੋ ਠਾ ਹੋਈ ਜਾਵੇ ਗੌਂਡ ਦਾ ਪੁਲਿਸ ਨੂੰ ਕਹਿ ਦੋ ਖੁੱਲੀ ਛੁੱਟੀ ਪਾਵੇ ਸਾਰੇ। ਸਭ ਤੋਂ ਪਹਿਲਾਂ ਤਾਂ ਮੈਂ ਜਾਊਂਗਾ, ਮੇਰੇ ਨਾਲ ਆ ਜਾਓ ਜਿਹਨੇ ਜੇ ਸਾਡੇ ਘਰ ਸਾਡੀ ਧੀ ਭੈਣ ਦੀ ਇੱਜ਼ਤ ਲੁੱਟੀ ਜਾਂਦੀ ਆ, ਅਸੀਂ ਬਾਹਰੋਂ ਬੰਦੇ ਬਣਾ ਕੇ ਬੰਦੇ ਨੂੰ ਫੜ ਕੇ ਕਟਾਉਂਦੇ ਹਾਂ ਤੇ ਤੁਹਾਡੀ ਉਹ ਧੀ ਭੈਣ ਨਹੀਂ ਨਾ ਲੱਗੀ ਫਿਰ। ਗੁਰੂ ਗ੍ਰੰਥ